ਪੰਜਾਬ ਦੇ ਲੋਕਾਂ ਨੂੰ ਠੰਡ ਨੇ ਬੁਰੀ ਤਰ੍ਹਾਂ ਸਤਾ ਰੱਖਿਆ ਲੋਕ ਪਰੇਸ਼ਾਨ ਨੇ ਤੇ ਇਹ ਸਵਾਲ ਹਰੇਕ ਦੇ ਜ਼ੈਨ ਦੇ ਵਿੱਚ ਆ ਕਿ ਹਲੇ ਹੱਡ ਚੀਰਵੀ ਠੰਡ ਕਿੰਨੇ ਦਿਨ ਹੋਰ ਪੈਣੀ ਹੈ ਕਿਉਂਕਿ ਲੋਹੜੀ ਦੇ ਆਸ-ਪਾਸੇ ਜਾ ਕੇ ਕਿਤੇ ਨਾ ਕਿਤੇ ਇੱਕ ਆਸ ਹੁੰਦੀ ਹੈ ਕਿ ਠੰਡ ਘੱਟ ਹੋ ਜਾਏਗੀ ਪਰ ਹਲੇ ਜਿੱਦਾਂ ਦੇ ਹਾਲਾਤ ਨੇ ਲੱਗਦਾ ਹੈ ਕਿ ਹਲੇ ਠੰਡ ਹੋਰ ਸਤਾ ਸਕਦੀ ਹੈ ਕਿ ਰਾਹਤ ਮਿਲੇਗੀ ਜਾਂ ਫਿਰ ਕੁਝ ਦਿਨ ਹੋਰ ਸਹਮਣਾ ਕਰਨਾ ਪੈ ਸਕਦਾ ਇਸ ਕੜਾਕੇ ਦੀ ਠੰਡ ਦਾ ਸਾਡੇ ਨਾਲ ਮੌਸਮ ਵਿਗਿਆਨੀ ਮੌਜੂਦ ਨੇ ਅ ਸ਼ਵਿੰਦਰ ਜੀ ਸਾਡੇ ਨਾਲ ਨੇ ਸ਼ਵਿੰਦਰ ਜੀ ਕੀ ਹਾਲਾਤ ਨੇ ਕਿਉਂਕਿ ਅਸੀਂ ਤਾਂ ਚਰਚਾ ਤੇ ਸੁਣੀਆਂ ਸਰਾਈਆਂ ਗੱਲਾਂ ਕਰਦੇ ਆਂ ਪਰ ਤੁਸੀਂ ਕਿਉਂਕਿ ਵਿਗਿਆਨੀ ਹੋ ਔਰ ਪ੍ਰੋਪਰ ਤੁਹਾਡੇ ਕੋਲ ਇਕੁਪਮੈਂਟ ਆ ਉਹਦੇ ਨਾਲ ਦੱਸ ਦਿਓ ਕਿ ਆਉਣ ਵਾਲੇ ਦਿਨਾਂ ਚ ਮੌਸਮ ਕਿਦਾਂ ਦਾ ਰਹਿਣ ਵਾਲਾ ਹੈ ਜਿਵੇਂ ਜੋ ਵੀ ਆਨੇ ਵਾਲੇ 5 ਦਿਨ ਨੇ ਉਸਮੇ ਜੋ ਵੈਦਰ ਹੈ ਡਰਾਈ ਰਹੇਗਾ بارش ਕੀ ਕੋਈ ਆਸਾਰ ਨਹੀਂ ਹੈ पर ये जो डेंस टू वेरी डेंस फॉग है हमारा फ्यू प्लेसेस पे पंजाब में हरियाणा में हमारा थोड़ा इंटेंसिटी कम रहेगा जिसमें हमारा आइसोलेटेड प्लेसेस पे हम एक्सपेक्ट कर रहे हैं उसी के साथ जो दिन की ठंड है दिन की ठंड आगे एटलीस्ट हमारे दो दिन के लिए हमारा ऑरेंज अलर्ट है जो दिन की ठंड बरकरार रहेगी उसके बाद थोड़ी सी इम्प्रूवमेंट हो सकती है पर उसमें भी हल्की इंप्रूवमेंट ही एक्सपेक्ट कर सकते हैं पर आने वाले दो दिन में हमारी ऐसे ही जो दिन की ठंड बरकरार रहेगी हल्की सी इम्प्रूवमेंट दो दिन के बाद हम एक्सपेक्ट कर रहे हैं अच्छा दो दिन हले जदा हुन केरा ठल्ले दी के जदा कोटि ते उत्तो दी जैकेट ਪਾਉਣੀ ਪਏਗੀ ਵਾਰਮਰ ਵੀ ਪੋਣਾ ਪਏਗਾ ਦੋ ਦਿਨ ਤੇ ਇਹੀ ਹਾਲ ਰਹੇਗਾ ਉਸ ਤੋਂ ਬਾਅਦ ਕਿੰਨੀ ਕੁ ਰਸਦੀ ਉਮੀਦ ਨਹੀਂ ਦੋ ਦਿਨ ਹੀ ਕੋਟੀ ਤੋਂਰ जैकेट ਤੋਂ ਆਪਕੋ ਥੋੜਾ ਜ਼ਿਆਦਾ ਦੇਰ ਪਹਿਨਨੀ ਪੜੇਗੀ ਪਰ ਇਸਮੇ ਜੋ ਇੰਪਰੂਵਮੈਂਟ ਹੋਗੀ ਸਿਰਫ ਹਲਕੀ ਇੰਪਰੂਵਮੈਂਟ ਕੁਛ ਇਲਾਕੋ ਮੇਂ ਹਮਾਰੇ ਧੂਪ ਨਿਕਲ ਸਕਤੀ ਹੈ ਪਰ ਆਨੇ ਵਾਲੇ ਦੋ ਦਿਨ ਮੇਂ ਖਾਸਕਰ ਅੱਜ ਜੋ ਜੋ ਕੱਲ ਹੈ ਹਮਾਰਾ ਇਹ ਸਿਨੈਰੀਓ ਐਸਾ ਜਿਹਾ ਜਿਹਾ ਵੀ ਪ੍ਰੈਜੈਂਟ ਸਿਨੈਰੀਓ ਹੋਏ ਐਸਾ ਹੀ ਕੰਟੀਨਿਊ ਕਰੇਗਾ 2 ਦਿਨ ਬਾਅਦ ਵੀ ਥੋੜੀ ਹਲਕੀ ਇੰਪਰੂਵਮੈਂਟ ਹੋਗੀ ਕੁਝ ਜ਼ਿਲੋਆਂ ਵਿੱਚ ਮਤਲਬ ਆਪ ਮੰਨ ਸਕਦੇ ਨੇ ਕਿ 50% ਜ਼ਿਲੋਆਂ ਵਿੱਚ ਹੀ ਥੋੜਾ ہمارا ਟੈਂਪਰੇਚਰ ਵੜੇਗਾ ਬਾਕੀ ਜ਼ਿਲੋਆਂ ਵਿੱਚ ਐਸੇ ਹੀ ਸਿਨੈਰੀਓ ਬਨਾ ਰਹੇਗਾ ਧੁੰਦ ਦੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਧੁੰਦ ਘਟ ਰਹੇਗੀ ਫੌਗ ਘਟ ਰਹੇਗੀ ਹਰਿਆਣਾ ਦੇ ਵਿੱਚ ਫੌਗ ਜ਼ਿਆਦਾ ਰਹਿ ਸਕਦੀ ਹੈ ਵਿਜ਼ਿਬਿਲਟੀ ਕਿਦਾਂ ਦੀ ਰਹਿ ਸਕਦੀ ਹੈ ਨਹੀਂ ਨਹੀਂ ਮੈਂ ਆ ਮੈਂ ਬੋਲਾ ਕਿ ਪੰਜਾਬ ਮੇਂ ہمارا ਫਿਊ ਪਲੇਸਿਸ ਪਰ ਰਹੇਗਾ ਹਰਿਆਣਾ ਮੇਂ ہمارا ਵਿਜ਼ਿਬਿਲਟੀ ਥੋ कई जगहों पे हमारी 50 मीटर से नीचे भी विजिबिलिटी आ सकती है तो इसके लिए जो सड़क पे मेनली हाईवेज वगैरह पे जो गाड़ी चलाते हैं वो थोड़ा सावधानी से गाड़ी चलाना जरूरी है अगर फॉग में अवॉइड कर सकें गाड़ी चलाना तो सबसे बेस्ट है पर कोई फिर भी कोई अर्जेंट किसी को जाना है तो थोड़ा सा सावधानी बरत के आस्था गाड़ी चला के ध्यान से जो भी प्रीकॉशन स्टेट गवर्नमेंट या टाइम टू टाइम इशू करती है वो प्रीकॉशन लेके चलना सही है पंजाब हले पांच चार दिन फॉग रह सकती है सूरज नु लेके लगता है क्योंकि जिदा कहते ना कि जो गर्मी पैंती है सूरज ਤੋ ਉਹ ਅਗਲਾ ਅੰਦਰ ਵੱਡਦਾ ਤੇ ਜਦੋਂ ਆ ਠੰਡ ਪੈਂਦੀ ਹੈ ਧੁੰਦ ਪੈਂਦੀ ਹੈ ਉਦੋਂ ਸੂਰਜ ਦੇਵਤਾ ਨੂੰ ਫਿਰ ਯਾਦ ਕਰਦੇ ਆ ਵੀ ਰੱਬਾ ਇੱਕ ਦਿਨ ਸੂਰਜ ਵਿਖਾ ਦੇ ਤਾਂ ਉਹ ਸੂਰਜ ਦੇਖੇਗਾ ਕਿ ਨਹੀਂ ਦੇਖੇਗਾ ਤੇ ਜੇ ਦੇਖੇਗਾ ਤਾਂ ਕਦੋਂ ਦੇਖੇਗਾ ਸੂਰਜ ਤਾਂ ਦੇਖੇਗਾ ਪਰ ਬਹੁਤ ਮਤਲਬ ਜਿਵੇਂ ਸੁਬਾਹ से ਲੇਟ ਡਿਊਰੇਸ਼ਨ ਰਹੇਗੀ ਥੋੜੇ ਦੇਰ ਕੇ ਲਈ ਸੂਰਜ ਆਇਆ ਤਾਂ ਥੋੜੀ ਗਰਮੀ ਹੈ ਤਾਂ ਵੈਸਾ ਸਿਨੈਰੀਓ ਰਹੇਗਾ पर जैसे सिनेरियो अभी आप हम देख रहे हैं पिछले कई दिनों से जो ठंड पड़ रही है वो जो ठंड है वैसे ही अगले दो दिन तो तो वैसे ही रहेगा दो दिन बाद हल्की इंप्रूवमेंट होगी वो भी हम ये मान के चलें कि बहुत ज्यादा इंप्रूवमेंट होगी वो नहीं होगी खाली 50 परसेंट ऑफ एरिया जो है उसमें से हमारे जो है धू पाने के चांसेस हैं बाकी जगह ऐसे ही सिनेरियो रहेगा यानी दो दिन बाद हले अगर आप थोड़ी जी तो धुप गई है तो दो दिन बाद नजर आएगी जी 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 ਅੱਛਾ ਦੂਜੀ ਚੀਜ਼ ਇਹ ਕਿ ਤੁਹਾਡੇ ਕੋਲ ਦਾ ਐਸਟੀਮੇਟ ਹੁੰਦਾ ਇਹ ਜਿੱਦਾਂ ਹੁਣ ਆਪਾਂ ਕਹਿੰਦੇ ਠੰਡ ਲੋੜੀ ਦੇ ਆਸ-ਪਾਸ ਘਟਣੀ ਸ਼ੁਰੂ ਹੋ ਜਾਂਦੀ ਜਿੱਦਾਂ ਮੈਂ ਸ਼ੁਰੂ ਵਿੱਚ ਗੱਲ ਕੀਤੀ ਤਾਂ ਇਹ ਠੰਡ ਕਿੰਨੇ ਦਿਨ ਹੋਰ ਪੈ ਸਕਦੀ ਹੈ ਹਾਲਾਂਕਿ ਬੇਸ਼ੱਕ ਤੁਸੀਂ 1 ਵੀਕ ਦੀ 10% ਦਿੰਨੇ ਹੋ ਪਰ ਕਿਉਂਕਿ ਤੁਹਾਡਾ ਐਕਸਪੀਰੀਅੰਸ ਇੰਨਾ ਹੋ ਜਾਂਦਾ ਕਿੰਨੇ ਦਿਨ ਤੁਹਾਨੂੰ ਲੱਗਦਾ ਹੈ ਕਿ ਹਲੇ ਠੰਡ ਰਹਿ ਸਕਦੀ ਹੈ ਜ਼ਿਆਦਾ ਨਾਰਮਲ ਤਾਂ ਦੇਖੋ ਲੰਬੀ ਚੱਲੇਗੀ ਪਰ ਜ਼ਿਆਦਾ नहीं जैसे आपने बताया कि हमारा ये पांच दिन का ही जो वार्निंग होती है पांच दिन का ही रहता है उसके बाद का हमेशा चेंज होता रहता है हमेशा जो है एटमोसफेयर डायनेमिक होता है इसमें कंटिन्यूसली चेंजेस आती रहती हैं तो हम बाद में ही उसके बारे में बता सकते हैं पर जो हमारा ऑलरेडी जो लॉन्ग रेंज फोरकास्ट जिसको हम बोलते हैं सीजनल स्केल का जो फोरकास्ट रहता है उसमें ऑलरेडी ही ये बताया गया था कि जो मैक्सिमम टेम्परेचर हमारे बिलो नॉर्मल रहेंगे और वेरस जो हमारे मिनिमम टेम्परेचर है वो अब नॉर्मल रहेंगे तो वैसा ही सीनरियो देखने को मिल रहा है ਹਲੇ ਤੁਹਾਨੂੰ ਠੰਡ ਤੋਂ ਰਾਹਤ ਨਹੀਂ ਮਿਲੇਗੀ ਜਿਸ ਤਰ੍ਹਾਂ ਦੇ ਸੰਕੇਤ ਦੇ ਰਹੇ ਨੇ ਔਰ ਦੋ ਦਿਨ ਹਲੇ ਇਸੇ ਤਰ੍ਹਾਂ ਠੰਡ ਰਹੇਗੀ ਦੋ ਦਿਨ ਤੋਂ ਬਾਅਦ ਥੋੜੀ ਬੁਤੀ ਤੁਹਾਨੂੰ ਰਾਹਤ ਜਿਹੜੀ ਉਹ ਮਿਲ ਸਕਦੀ ਹੈ ਪਰ ਹਲੇ ਤੁਹਾਨੂੰ ਕੋਟੀਆਂ ਸਵੈਟਰ ਪਾਉਣੇ ਪੈਣੇ ਨੇ ਠੰਡ ਤੋਂ ਬਚਾ ਰੱਖਣਾ ਪੈਣਾ ਕੈਮਰਾਮੈਨ ਸੁਖਵਿੰਦਰ ਸਿੰਘ ਢਾਲੀਵਾਲ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ